ਕਰਾਉਂਗੀ। ਭਾਗ ਪਹਿਲੇ ਵਿੱਚ ਤੁਹਾਡੇ ਟੋਟਲ 10 ਸਮ ਹਨ। ਪੰਜਵਾਂ ਸਵਾਲ ਹੈ, ਐਕਸ ਧੁਰੇ ਤੇ ਕਿਸੇ ਬਿੰਦੂ ਦੇ ਨਿਰਦੇਸ਼ ਅੰਕ ਕੀ ਹੋ ਸਕਦੇ ਹਨ? ਬੱਚੇ ਗ੍ਰਾਫ ਦੇ ਵਿੱਚ ਗ੍ਰਾਫ ਪੇਪਰ ਦੇ ਵਿੱਚ ਇਹ ਤੁਹਾਡਾ ਐਕਸ ਧੁਰਾ ਹੈ ਔਰ ਐਕਸ ਧੁਰੇ ਦੇ ਉੱਪਰ ਵਾਈ ਜ਼ੀਰੋ ਹੈ। ਇਹ ਤੁਹਾਨੂੰ ਯਾਦ ਰੱਖਣਾ ਪਏਗਾ ਕਿ ਐਕਸ ਧੁਰੇ ਦੇ ਉੱਪਰ ਵਾਈ ਦੇ ਨਿਰਦੇਸ਼ਕ ਜ਼ੀਰੋ ਹਨ ਕਿਉਂਕਿ ਇੱਥੇ ਜ਼ੀਰੋ ਜ਼ੀਰੋ ਹੈ। ਔਰ ਅਗਰ ਵਾਈ ਧੁਰੇ ਦੇ ਉੱਪਰ ਕਿਸੇ ਵੀ ਬਿੰਦੂ ਦੇ ਨਿਰਦੇਸ਼ਕ ਅਸੀਂ ਦੇਖਣੇ ਹਨ ਤਾਂ ਉੱਥੇ ਸਾਡਾ ਐਕਸ ਜ਼ੀਰੋ ਹੋਵੇਗਾ। ਇਸ ਤੋਂ ਬਾਅਦ ਬੱਚੇ ਅਗਲਾ ਸਵਾਲ ਹੈ, 12 ਅਤੇ -5 ਕਿਸ ਚੌਥਾਈ ਵਿੱਚ ਹੈ? ਇਹ ਚਾਰ ਕੁਆਡਰੈਂਟ ਨੇ, ਕੁਆਡਰੈਂਟ 1, 2, 3 and 4 ਚਾਰ ਚੌਥਾਈਆਂ ਨੇ ਜਿਹਦੇ ਚ ਆਪਾਂ ਦੱਸਣਾ 12 ਤੇ -5 ਕਿੱਥੇ ਹੋਏਗਾ। ਦੇਖੋ ਬੱਚਿਓ, ਗ੍ਰਾਫ ਪੇਪਰ ਦੇ ਉੱਪਰ ਐਕਸ ਸਾਡਾ ਪੋਜ਼ਿਟਿਵ ਹੈ, ਪਲੱਸ ਵਾਲਾ, ਯਾਨੀ ਕਿ ਐਕਸ ਧੁਰੇ ਤੇ ਅਸੀਂ ਇਸ ਪਾਸੇ ਨੂੰ ਜਾਣਾ ਹੈ, ਇਸ ਪਾਸੇ ਨੂੰ ਅਸੀਂ 12 ਲਵਾਂਗੇ। ਔਰ ਵਾਈ ਧੁਰੇ ਤੇ -5, ਵਾਈ ਧੁਰੇ ਦਾ ਨੈਗੇਟਿਵ ਥੱਲੇ ਹੁੰਦਾ ਹੈ, ਇੱਧਰ -5 ਲੈਣਾ ਹੈ, ਇੱਧਰ 12 ਲੈਣਾ ਹੈ, ਤਾਂ ਬਿੰਦੂ ਸਾਡਾ ਇੱਧਰ ਕਿੱਧਰੇ ਆਏਗਾ? ਇਹਦਾ ਮਤਲਬ ਬਿੰਦੂ ਜਿਹੜਾ ਫੋਰਥ ਕੁਆਡਰੈਂਟ ਵਿੱਚ ਹੋਏਗਾ। ਵੈਸੇ ਵੀ ਤੁਹਾਨੂੰ ਇੱਕ ਮੈਂ ਯਾਦ ਰੱਖਣ ਲਈ ਦੱਸਦੀ ਹਾਂ, ਜਿਹੜੀ ਪਹਿਲੀ ਚੌਥਾਈ ਹੈ ਇਸ ਵਿੱਚ ਐਕਸ ਤੇ ਵਾਈ ਦੋਨੋਂ ਪੋਜ਼ਿਟਿਵ ਹੁੰਦੇ ਹਨ ਔਰ ਦੂਸਰੀ ਤੋਂ ਚੌਥਾਈ ਦੇ ਵਿੱਚ ਐਕਸ ਜਿਹੜਾ ਨੈਗੇਟਿਵ ਤੇ ਵਾਈ ਪੋਜ਼ਿਟਿਵ ਹੁੰਦਾ ਹੈ, ਤੀਸਰੀ ਚੌਥਾਈ ਦੇ ਵਿੱਚ ਸਾਡਾ ਵਾਈ ਵੀ ਨੈਗੇਟਿਵ ਔਰ ਐਕਸ ਵੀ ਨੈਗੇਟਿਵ ਔਰ ਵਾਈ ਵੀ ਨੈਗੇਟਿਵ ਹੁੰਦਾ ਹੈ, ਪਰ ਇਹ ਚੌਥੀ ਚੌਥਾਈ ਹੈ ਜਿਸ ਵਿੱਚ ਐਕਸ ਪੋਜ਼ਿਟਿਵ ਤੇ ਵਾਈ ਨੈਗੇਟਿਵ ਹੈ। ਇੱਥੇ ਤੁਹਾਡਾ ਪਹਿਲਾ ਬਿੰਦੂ ਪੋਜ਼ਿਟਿਵ ਹੈ, ਪਿਛਲਾ ਨੈਗੇਟਿਵ ਹੈ, ਔਰ ਅਗਲਾ ਬਿੰਦੂ ਤੁਹਾਡਾ ਐਕਸ ਹੁੰਦਾ ਹੈ ਹਮੇਸ਼ਾ ਔਰ ਪਿਛਲਾ ਬਿੰਦੂ ਵਾਈ ਹੁੰਦਾ ਹੈ। ਐਕਸ ਪੋਜ਼ਿਟਿਵ, ਵਾਈ ਨੈਗੇਟਿਵ, ਇਟ ਲਾਈਜ਼ ਇਨ ਫੋਰਥ ਕੁਆਡਰੈਂਟ। ਉਸ ਤੋਂ ਅਗਲਾ ਸਵਾਲ ਹੈ, ਇੱਕ ਬਿੰਦੂ ਤੋਂ ਦੂਜੇ ਬਿੰਦੂ ਤੱਕ ਇੱਕ ਸਿੱਧੀ ਰੇਖਾ ਖਿੱਚੀ ਜਾ ਸਕਦੀ ਹੈ, ਤੋ ਇੱਕ ਸਹੀ ਗੱਲ ਹੈ, ਇੱਕ ਬਿੰਦੂ ਤੋਂ ਦੂਜੇ ਬਿੰਦੂ ਤੱਕ ਇੱਕ ਹੀ ਸਿੱਧੀ ਰੇਖਾ ਖਿੱਚੀ ਜਾ ਸਕਦੀ ਹੈ। ਉਸ ਤੋਂ ਅਗਲਾ ਬੱਚੇ 8ਵਾਂ ਪ੍ਰਸ਼ਨ ਹੈ, ਭੁਜ ਕੀ ਹੈ? ਭੁਜ ਬੋਲਦੇ ਨੇ ਬੇਟਾ ਐਕਸ ਧੁਰੇ ਦੇ ਬਿੰਦੂ ਨੂੰ, ਐਕਸ ਧੁਰੇ ਦੇ ਨਿਰਦੇਸ਼ ਅੰਕ ਨੂੰ, ਐਕਸ ਧੁਰੇ ਦਾ ਨਿਰਦੇਸ਼ ਅੰਕ ਭੁਜ ਹੈ। ਇੱਥੇ ਤੁਸੀਂ ਧਿਆਨ ਰੱਖੋ ਕਿ ਕੋਟੀ ਜਿਹੜਾ ਹੈ ਉਹ ਵਾਈ ਧੁਰੇ ਦਾ ਨਿਰਦੇਸ਼ ਅੰਕ ਹੈ। ਜਿਹੜੇ ਦੋ ਨਿਰਦੇਸ਼ ਅੰਕ ਹੁੰਦੇ ਹਨ, ਜਿਹੜਾ ਐਕਸ ਧੁਰੇ ਦਾ ਹੈ ਉਹ ਭੁਜ ਹੈ ਔਰ ਜਿਹੜਾ ਵਾਈ ਧੁਰੇ ਦਾ ਹੈ ਉਹ ਕੋਟੀ ਹੈ। ਕੋਟੀ, ਇਸਨੂੰ ਭੁਜ, ਇਸਨੂੰ ਕੋਟੀ ਹੀ ਬੋਲਦੇ ਹਨ। ਕਿਸੇ ਵੀ ਬਿੰਦੂ ਦੇ ਵਿੱਚ ਅੱਗੇ ਭੁਜ ਹੁੰਦਾ ਹੈ ਔਰ ਪਿੱਛੇ ਕੋਟੀ ਹੁੰਦੀ ਹੈ। ਇੰਗਲਿਸ਼ ਵਿੱਚ ਇਸ ਨੂੰ ਐਬਸਿਸਾ ਤੇ ਇਸ ਨੂੰ ਆਰਡੀਨੇਟ ਬੋਲਦੇ ਹਨ, ਐਬਸਿਸਾ ਤੇ ਆਰਡੀਨੇਟ। ਵਾਈ ਨੂੰ ਆਰਡੀਨੇਟ ਔਰ ਐਕਸ ਨੂੰ ਐਬਸਿਸਾ ਬੋਲਿਆ ਜਾਂਦਾ ਹੈ। ਇਸ ਤੋਂ ਬਾਅਦ ਬੱਚਿਓ 8 ਸਵਾਲ ਤੱਕ ਸਾਡੇ ਹੋ ਗਏ।